ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਦੀ ਜਿਹੜੀ ਕੋਵਿਡ ਦੀ ਸਿਚੁਏਸ਼ਨ ਹੈਗੀ ਉਹ ਇਦਾਂ ਹੈਗੀ ਕਿ ਇਨ ਟੋਟਲ ਅਸੀਂ 507 ਸੈਂਪਲ ਜਿਹੜੇ ਹੈਗੇ ਉਹ ਹਾਲੇ ਤੱਕ ਅਸੀਂ ਕਲੈਕਟ ਕੀਤੇ ਨੇ, ਜਿਹਦੇ ਵਿੱਚੋਂ 467 ਸੈਂਪਲਾਂ ਦੀ ਰਿਪੋਰਟ ਸਾਡੇ ਕੋਲ ਆ ਚੁੱਕੀ ਹੈ। ਇਹਦੇ ਵਿੱਚੋਂ 12 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ। ਇਹ 12 ਸੈਂਪਲਾਂ ਵਿੱਚੋਂ ਇੱਕ ਸੈਂਪਲ ਜਿਹੜਾ ਹੈਗਾ ਉਹ ਪੇਸ਼ੈਂਟ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਹੈਗਾ, ਔਰ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਹੈ। 10 ਕੇਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ। ਬਾਕੀ 442 ਕੇਸ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ, ਔਰ ਕੁਝ ਕੇਸਿਸ ਜਿਹੜੇ ਹੈਗੇ ਔਰ ਕਦੇ ਕਦੇ ਕੁਝ ਸੈਂਪਲਿੰਗ ਦੇ ਵਿੱਚ ਕੁਝ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਕਰਕੇ ਰਿਜੈਕਟ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਰੀਸੈਂਪਲਿੰਗ ਵਾਸਤੇ ਭੇਜ ਦਿੰਦੇ ਨੇ। ਕੱਲ੍ਹ ਤੋਂ ਲੈ ਕੇ ਜੇ ਅੱਜ ਤੱਕ ਦਾ ਸਵਾਲ ਦੇਖੀਏ ਆਪਾਂ ਤਾਂ 3 ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ। ਇੱਕ ਕੇਸ ਜਿਹੜਾ ਹੈਗਾ ਉਹ ਜਲੰਧਰ ਦਾ ਹੈਗਾ, ਔਰ ਇੱਕ ਕੇਸ ਜਿਹੜਾ ਹੈਗਾ ਉਹ ਜਿਹੜੀ ਇੱਕ ਡਿਸੀਜ਼ ਸੀਗੀ ਪਹਿਲਾਂ ਉਹਦਾ ਬੱਚਾ ਜਿਹੜਾ ਹੈਗਾ ਅੱਜ ਉਹ ਪੋਜ਼ਿਟਿਵ ਪਾਇਆ ਗਿਆ। ਉਹਦਾ ਪਹਿਲਾ ਜਦ ਸੈਂਪਲ ਲਿਆ ਸੀਗਾ ਜਦ ਉਹਦੀ ਮਦਰ ਦੀ ਡੈਥ ਹੋਈ ਸੀਗੀ, ਉਦੋਂ ਉਹਦਾ ਸੈਂਪਲ ਜਿਹੜਾ ਸੀਗਾ ਉਹ ਨੈਗੇਟਿਵ ਆਇਆ ਸੀਗਾ, ਲੇਕਿਨ ਅਸੀਂ ਉਸਨੂੰ ਆਈਸੋਲੇਸ਼ਨ ਦੇ ਵਿੱਚ ਹੀ ਰੱਖਿਆ ਸੀਗਾ ਕਿਉਂਕਿ ਉਹ ਬਹੁਤ ਕਲੋਜ਼ ਕੰਟੈਕਟ ਹੋਣ ਕਰਕੇ ਹਾਈ ਰਿਸਕ ਵਾਲਾ ਬੱਚਾ ਸੀ, ਤਾਂ ਇਸ ਕਰਕੇ ਉਸਦਾ ਸੈਂਪਲ ਜਦ ਅਸੀਂ ਦੁਬਾਰਾ ਲਿਆ ਹੈਗਾ ਤਾਂ ਉਹ ਪੋਜ਼ਿਟਿਵ ਆਇਆ। ਔਰ ਤੀਜਾ ਕੇਸ ਜਿਹੜਾ ਹੈਗਾ ਉਹ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਸੀਗਾ, ਜਿਸ ਦੀ ਡੈਥ ਇੱਕ ਲੇਡੀ ਸੀਗੀ ਜੋ ਕਿ ਫੋਰਟਿਸ ਹਸਪੀਟਲ 'ਚ ਪੜ੍ਹਦੀ ਸੀਗੀ, ਜਿਸ ਦੀ ਕੱਲ੍ਹ ਡੈਥ ਹੋ ਗਈ ਸੀਗੀ, ਔਰ ਉਸਦਾ ਅਸੀਂ ਸੈਂਪਲ ਉਸ ਤੋਂ ਪਹਿਲਾਂ ਲੈ ਲਿਆ ਸੀਗਾ, ਔਰ ਉਸਦੀ ਸੈਂਪਲਿੰਗ ਦੀ ਰਿਪੋਰਟ ਜਿਹੜੀ ਹੈਗੀ ਉਹ ਅੱਜ ਆਈ ਹੈ ਜੋ ਕਿ ਪੋਜ਼ਿਟਿਵ ਆਈ ਹੈ। ਤਾਂ ਹੁਣ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਨ ਟੋਟਲ 12 ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਹੋ ਚੁੱਕੇ ਨੇ, 2 ਕੇਸਿਸ ਜਿਹੜੇ ਹੈਗੇ ਬਾਹਰਲੇ ਡਿਸਟ੍ਰਿਕਟਾਂ ਦੇ ਹੈਗੇ, ਔਰ 3 ਡੈਥ ਜਿਹੜੀਆਂ ਹੈਗੀਆਂ ਉਹ ਹਾਲੇ ਤੱਕ ਰਿਪੋਰਟ ਹੋਈਆਂ ਨੇ। ਇਸ ਤੋਂ ਇਲਾਵਾ ਸਰ ਇੱਕ ਜਿਹੜਾ ਦੇਖੋ, ਇਸ ਮੈਂ ਜਿਵੇਂ ਅਸੀਂ ਬਾਰ ਬਾਰ ਦੱਸਦੇ ਹਾਂ ਕਿ ਜਦ ਵੀ ਕੋਈ ਵੀ ਕੇਸ ਪੋਜ਼ਿਟਿਵ ਆ ਜਾਂਦਾ ਹੈ ਤਾਂ ਇੱਕ ਸੈੱਟ ਪ੍ਰੋਟੋਕਾਲ ਉਸਦਾ ਹੈਗਾ ਕਿ ਅਸੀਂ ਉਸ ਬੰਦੇ ਦੇ ਕੰਟੈਕਟ ਦੇ ਵਿੱਚ ਆਏ ਹੋਏ ਬੰਦਿਆਂ ਦੀ ਟ੍ਰੇਸਿੰਗ ਜਿਹੜੀ ਹੈਗੀ ਉਹ ਚਾਲੂ ਕਰ ਦਿੰਦੇ ਨੇ। ਇਹ ਟ੍ਰੇਸਿੰਗ ਜਿਹੜੀ ਹੈਗੀ ਉਹ 2 ਤਰੀਕੇ ਨਾਲ ਹੁੰਦੀ ਹੈ। ਇੱਕ ਹੁੰਦੀ ਹੈ ਜਿਹੜੇ ਬੰਦੇ ਹਾਈ ਰਿਸਕ ਵਾਲੇ ਕੁਝ ਬੰਦੇ ਹੁੰਦੇ ਆ, ਔਰ ਕੁਝ ਹੁੰਦੇ ਜਿਨ੍ਹਾਂ ਨੂੰ ਅਸੀਂ ਲੋ ਰਿਸਕ ਕਹਿੰਦੇ ਹਾਂ। ਹਾਈ ਰਿਸਕ ਉਹਨਾਂ ਬੰਦਿਆਂ ਨੂੰ ਕਹਿੰਦੇ ਜਿਹੜੇ ਕਿ ਬੰਦੇ ਪੋਜ਼ਿਟਿਵ ਬੰਦੇ ਤੇ ਬਹੁਤ ਜ਼ਿਆਦਾ ਕਲੋਜ਼ ਜਾਂ ਕੰਟੈਕਟ ਦੇ ਵਿੱਚ ਆਏ ਹੋਣ। ਲੋ ਰਿਸਕ ਇਹੋ ਜਿਹੇ ਏਰੀਆ ਹੁੰਦੇ, ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਕਿ ਬੰਦੇ ਦੂਰੋਂ ਕਦੇ ਕੰਟੈਕਟ ਜਾਂ ਕਦੇ ਇੱਕ ਸਾਥ ਕਿਸੇ ਗੱਡੀ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਸਫ਼ਰ ਕੀਤਾ ਹੋਵੇ ਤਾਂ ਉਸ ਬੋਗੀ ਦੇ ਸਾਰੇ ਬੰਦਿਆਂ ਨੂੰ ਅਸੀਂ ਲੋ ਰਿਸਕ ਵਾਲੇ ਬੰਦੇ ਡਿਕਲੇਅਰ ਕਰਦੇ ਹਾਂ। ਤੇ ਜਿਹੜੇ ਹਾਈ ਰਿਸਕ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਸਿੰਪਟਮਸ ਵਗੈਰਾ ਚੈੱਕ ਕਰਨ ਤੋਂ ਬਾਅਦ ਜੇ ਕੋਈ ਬੰਦਾ ਸਿੰਪਟੋਮੈਟਿਕ ਹੁੰਦਾ ਤਾਂ ਅਸੀਂ ਉਸਦਾ ਤੁਰੰਤ ਸੈਂਪਲਿੰਗ ਜਿਹੜੀ ਹੈਗੀ ਉਹ ਕਰਾ ਲੈਂਦੇ ਹਾਂ। ਜਿਹੜਾ ਲੋ ਰਿਸਕ ਵਾਲਾ ਬੰਦਾ ਹੁੰਦਾ ਉਸਨੂੰ ਅਸੀਂ ਹੋਮ ਕੁਆਰੰਟਾਈਨ ਕਰਕੇ ਛੱਡ ਰੱਖਦੇ ਹਾਂ, ਔਰ ਹੋਮ ਕੁਆਰੰਟਾਈਨ ਕਰਨ ਤੋਂ ਬਾਅਦ ਜੇ ਕਿਸੇ ਦੇ ਕੋਲ ਸਿੰਪਟਮਸ ਕਿਸੇ ਦੇ ਆਉਂਦੇ ਆ ਤਾਂ ਅਸੀਂ ਉਸਦੀ ਸੈਂਪਲਿੰਗ ਕਰਾਉਂਦੇ ਹਾਂ। ਤਾਂ ਇਹ ਜਿਹੜੇ ਜਿਹੜਾ ਕੇਸ ਤੁਸੀਂ ਦੱਸ ਰਹੇ ਹੋ, ਜਿਹੜਾ ਇੱਕ ਚੋਰ ਸੀਗਾ ਉਸਨੂੰ ਜਦ ਜੇਲ੍ਹ ਲੈ ਜਾਇਆ ਜਾ ਰਿਹਾ ਸੀਗਾ ਤਾਂ ਉਸਦੀ ਜੇਲ੍ਹ ਦੇ ਵਿੱਚ ਡਾਕਟਰ ਨੇ ਰਿਕਮੈਂਡ ਕੀਤਾ ਸੀਗਾ ਜੇ ਤਾਂ ਕੋਵਿਡ ਟੈਸਟ ਕਰਾ ਲਿਆ ਜਾਵੇ। ਜਦ ਕੋਵਿਡ ਟੈਸਟ ਉਸ ਬੰਦੇ ਦਾ ਕਰਾਇਆ ਤਾਂ ਉਹ ਪੋਜ਼ਿਟਿਵ ਆਇਆ ਹੈਗਾ। ਤਾਂ ਜਿਹੜੇ ਵੀ ਆਪਣੀ ਫੋਰਸ ਦੇ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਉਸਨੂੰ ਡਾਇਰੈਕਟ ਟੱਚ ਕੀਤਾ ਸੀਗਾ, ਡਾਇਰੈਕਟ ਕੰਟੈਕਟ ਦੇ ਵਿੱਚ ਆਏ ਸੀਗੇ, ਤਾਂ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕੁਆਰੰਟਾਈਨ ਕਰ ਲਿਆ ਹੈਗਾ ਇਸ ਵੇਲੇ। ਔਰ ਜਿਵੇਂ ਕੰਟੈਕਟ ਦੇ 5 ਦਿਨ ਦੇ ਬਾਅਦ ਅਸੀਂ ਉਹਨਾਂ ਦਾ ਸੈਂਪਲਿੰਗ ਕਰਾਉਣੀ ਹੁੰਦੀ ਹੈ, ਉਹ ਸੈਂਪਲਿੰਗ ਅਸੀਂ ਉਹਨਾਂ ਦੀ ਕਰਵਾਵਾਂਗੇ। ਦੇਖੀਏ, ਇਹ ਬਹੁਤ ਹੀ ਕਲੀਅਰ ਹੈ ਕਿ ਜਿਤਨਾ ਹਮ ਲੋਕ ਬਾਹਰ ਨਿਕਲੇਂਗੇ ਉਤਨਾ ਹੀ ਹਮਾਰੇ ਲਈ ਰਿਸਕੀ ਹੋਗਾ। ਤੋ ਜੈਸੇ ਹਮ ਪਹਿਲੇ ਦਿਨ ਸੇ ਕਹਿ ਰਹੇ ਹੈਂ, ਗਵਰਨਮੈਂਟ ਨੇ ਕਲੀਅਰ ਕਟ ਗਾਈਡਲਾਈਨਸ ਲੋਕੋਂ ਕੋ ਦੀ ਹੋਈ ਹੈ ਕਿ ਕਾਈਂਡਲੀ ਘਰ ਕੇ ਅੰਦਰ ਹੀ ਰਹੇ, ਬਾਹਰ ਨਾ ਨਿਕਲੇ, ਕਿਉਂਕਿ ਬਾਹਰ ਨਿਕਲੇਂਗੇ ਆਪਕੋ ਨਹੀਂ ਪਤਾ ਕਿ ਜਿਸ ਬੰਦੇ ਸੇ ਆਪ ਮਿਲ ਰਹੇ ਉਹ ਬੰਦਾ ਹੋ ਸਕਦਾ ਹੈ ਕਿ ਕੈਰੀਅਰ ਹੋ ਸਕਦਾ ਹੈ ਉਹ ਦੇਖਣੇ ਸੇ ਬਿਲਕੁਲ ਠੀਕ ਹੋ, ਕਿਉਂਕਿ ਬਹੁਤ ਸਾਰੇ ਪੋਜ਼ਿਟਿਵ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਜਿਹਨਾਂ ਦੇ ਸਿੰਪਟਮ ਜਿਹੜੇ ਹੈਗੇ ਉਹ ਵਿਜ਼ੀਬਲ ਨਹੀਂ ਹੁੰਦੇ, ਬਟ ਦੇ ਆਰ ਪੋਸੀਬਲ ਕੈਰੀਅਰ ਐਂਡ ਦੇ ਕੈਨ ਇਨਫੈਕਟ ਯੂ। ਤਾਂ ਇਸ ਕਰਕੇ ਜਦ ਵੀ ਬਾਹਰ ਨਿਕਲਦੇ ਵੀ ਹੈ, ਜੇ ਅਰਜੈਂਸੀ ਜਾਂ ਪਾਸ ਦੇ ਨਾਲ ਵੀ ਨਿਕਲਦੇ ਹੈ, ਤਾਂ ਆਪਣਾ ਚਿਹਰਾ ਜਿਹੜਾ ਹੈਗਾ ਉਹਨੂੰ ਢੱਕ ਕੇ ਰੱਖੀਏ, ਔਰ ਨਾਕ ਆਪਣੀ ਨਾਕ ਔਰ ਮੂੰਹ ਜੋ ਹੈ ਉਹ ਬਿਲਕੁਲ ਬੰਦ ਹੋਣ,
साथ में आप लगातार अपने हाथ धोते रहें, घर वापस जाते हैं तो अपने हाथ धोएं, वहाँ अपने हाथ से मुंह को ना लगाएं। तो ये जिहड़ी हेल्थ एडवाइजरी जारी कीती सीगी आपां पहलां, उहनूं चंगी तरह फॉलो करें। ਇੱਕ ਕੱਲ੍ਹ ਸਾਡੇ ਧਿਆਨ 'ਚ ਇੱਕ ਗੱਲ ਆਈ ਸੀਗੀ ਕਿ ਇੱਕ ਪੇਸ਼ੈਂਟ ਜਿਹੜਾ ਹੈਗਾ, ਪੇਸ਼ੈਂਟ ਲੇਡੀ ਸੀਗੀ ਇਨਫੈਕਟ, ਸ਼ੀ ਇਜ਼ ਐਡਮਿਟਿਡ ਇਨ ਵਨ ਪ੍ਰਾਈਵੇਟ ਹੋਸਪਿਟਲ। ਜਦੋਂ ਉਹਦਾ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਉਹ ਪਹਿਲਾਂ ਸਿਵਲ ਹੋਸਪਿਟਲ 'ਚ ਗਈ ਸੀਗੀ, ਉੱਥੋਂ ਉਸਨੂੰ CMC ਦੇ ਵਿੱਚ ਰੈਫਰ ਕੀਤਾ ਸੀਗਾ। ਔਰ CMC ਨੇ ਬਿਨਾਂ ਕਿਸੇ ਪ੍ਰੋਟੋਕੋਲ ਨੂੰ ਫੋਲੋ ਕਰਦੇ ਹੋਏ, ਜਿਵੇਂ ਸਾਨੂੰ ਹਾਲੇ ਤੱਕ ਪਤਾ ਚੱਲਿਆ ਹੈਗਾ, ਕਿ ਉਸਨੂੰ ਅੱਗੇ ਰੈਫਰ ਕਰਤਾ, ਬਟ ਜਿਹੜਾ ਪ੍ਰੋਸੀਜਰ ਹੁੰਦਾ ਉਸਨੂੰ ਫੋਲੋ ਕਰਦੇ ਹੋਏ ਨਹੀਂ ਕੀਤਾ ਸੀਗਾ, ਇਸ ਕਰਕੇ ਉਸਨੇ ਅੱਗੇ ਕਿਤੇ ਵੀ ਕਿਸੇ ਵੀ ਹੋਸਪਿਟਲ ਨੇ ਨਹੀਂ ਲਿਆ। ਬਾਅਦ 'ਚੋਂ ਕਿਸੇ ਪ੍ਰਾਈਵੇਟ ਹੋਸਪਿਟਲ ਜਾ ਕੇ ਉਹ ਲੇਡੀ ਜਿਹੜੀ ਸੀਗੀ ਉਹ ਐਡਮਿਟ ਹੋ ਗਈ ਸੀਗੀ। ਵੀ ਹੈਵ ਆਲਰੇਡੀ ਮਾਰਕਡ ਐਨ ਇਨਕੁਆਇਰੀ, ਸਿਵਲ ਸਰਜਨ ਵੱਲੋਂ ਇੱਕ ਕਮੇਟੀ ਜਿਹੜੀ ਹੈਗੀ ਉਹ ਕੰਸਟੀਟਿਊਟ ਕਰਤੀ ਹੈ, ਔਰ ਉਹ ਕਮੇਟੀ ਜਿਹੜੀ ਹੈਗੀ ਅਸੀਂ ਉਹਨਾਂ ਨੂੰ 48 ਘੰਟੇ ਦਾ ਟਾਈਮ ਦਿੱਤਾ ਹੈਗਾ ਕਿ ਪ੍ਰੋਪਰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਇਨਕੁਆਇਰ ਕਰਕੇ ਸਾਨੂੰ ਦੱਸੇ ਕਿ ਇਸ ਦੇ ਵਿੱਚ ਕਿਸ ਦੀ ਗਲਤੀ ਹੈਗੀ, ਜਿਸ ਤੋਂ ਕਿ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਜਾਂ ਉਸ ਹੋਸਪਿਟਲ ਦੇ ਖਿਲਾਫ ਕਾਰਵਾਈ ਕਰ ਸਕੀਏ। ਸਰ, ਜਿਸ ਹਿਸਾਬ ਨਾਲ ਕੇਸ ਵੱਧ ਰਿਹਾ ਉਸ ਦੇਖੀਏ, ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਉਹ ਆਪਕੋ ਆਪਣੇ ਆਪ ਹੀ ਕੁਆਰੰਟਾਈਨ, ਆਪਣੇ ਆਪ ਕੋਈ ਹੋਮ ਕੁਆਰੰਟਾਈਨ, ਆਪਣੇ ਆਪ ਹੀ ਲੋਕਡਾਊਨ ਜੋ ਹੈ ਉਸਕੋ ਫੋਲੋ ਕਰਨੇ ਕੀ ਉਹ ਹੈ। ਬਾਕੀ ਜੋ ਵੀ ਗਵਰਨਮੈਂਟ ਇਸ ਬਾਬਤ ਡਿਸੀਜਨ ਲੈਂਦੀ ਹੈ ਅਸੀਂ ਉਸਨੂੰ ਫੋਲੋ ਕਰਾਂਗੇ। ਥੈਂਕ ਯੂ।